are watching Channel Y. Channel Y, a South Asian Canadian channel. ਪੁਲਿਸ ਉੱਤੇ ਹੋਏ ਹਮਲੇ ਦੀ ਹਰ ਕੋਈ ਨਿੰਦਾ ਕਰਦਾ ਨਜ਼ਰ ਆ ਰਿਹਾ ਹੈ। ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਵੀ ਇਸ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਜਿੱਥੇ ਇੱਕ ਪਾਸੇ ਦੇਸ਼ ਭਰ ਦੇ ਵਿੱਚ ਕੋਰੋਨਾ ਵਾਇਰਸ ਦੇ ਖਿਲਾਫ ਹਰ ਕੋਈ ਲੜਾਈ ਲੜ ਰਿਹਾ, ਦੂਜੇ ਪਾਸੇ ਇਸ ਤਰ੍ਹਾਂ ਦੀਆਂ ਦੁਖਦ ਸਮਾਚਾਰ ਸਾਹਮਣੇ ਆ ਰਹੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਦੋਸਤੋ, ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚਾਈ ਹੋਈ ਹੈ। ਅਮਰੀਕਾ ਵਰਗਾ ਮੁਲਕ ਜਿਹੜਾ ਆਪਣੇ ਆਪ ਨੂੰ ਵਰਲਡ ਪਾਵਰ ਕਹਿੰਦਾ ਸੀਗਾ, ਉਹ ਵੀ 20,000 ਤੋਂ ਵੱਧ ਮੌਤਾਂ ਦਾ ਅੰਕੜਾ ਪਾਰ ਕਰ ਚੁੱਕਿਆ ਅਤੇ ਇਹ ਭਾਰਤ ਦੇ ਵਿੱਚ ਵੀ ਹਰ ਰੋਜ਼ ਗਿਣਤੀ ਵੱਧ ਰਹੀ ਹੈ। ਪਰ ਕੁਛ ਘਟਨਾਵਾਂ ਇਸ ਤਰ੍ਹਾਂ ਦੀਆਂ ਵੀ ਹੋ ਰਹੀਆਂ ਨੇ ਜਿਹੜੀਆਂ ਇਸ ਦੁੱਖ ਨੂੰ ਹੋਰ ਵਧਾ ਰਹੀਆਂ ਨੇ, ਜਿਵੇਂ ਕਿ ਡਾਕਟਰਾਂ 'ਤੇ ਹਮਲੇ ਜਾਂ ਕਰੋਨਾ ਨਾਲ ਸੰਬੰਧਿਤ ਜਿਹੜੇ ਵੀ ਕੋਈ ਜਿਨ੍ਹਾਂ ਦਾ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਹੱਥ ਹੈ ਉਹਨਾਂ 'ਤੇ ਹਮਲੇ। ਅਤੇ ਅੱਜ ਸਵੇਰੇ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਕਿ ਕੁਝ ਸ਼ਰਾਰਤੀ ਅਨਸਰ ਜਿਹੜੇ ਸੀਗੇ ਸਬਜ਼ੀ ਮੰਡੀ 'ਚ ਸਵੇਰੇ ਆਏ, ਜਦੋਂ ਕਿ ਉੱਥੇ ਡਿਊਟੀ ਦੇ ਰਹੀ ਸੀ ਪੁਲਿਸ, ਉਹ ਸੋਸ਼ਲ ਡਿਸਟੈਂਸ ਰੱਖ ਰਹੇ ਸੀ, ਤਾਂ ਤਲਵਾਰ ਨਾਲ ਇੱਕ ASI ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਗਿਆ। ਉਹਦੀ PGI ਦੇ ਵਿੱਚ ਸਰਜਰੀ ਚੱਲ ਰਹੀ ਹੈ, ਹੱਥ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ। ਦੇਖੋ, ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਨੀ ਚਾਹੀਦੀ ਹੈ। ਜਿਹੜੇ ਪੁਲਿਸ ਵਾਲੇ ਨੇ ਜਾਂ ਜਿਹੜੇ ਐਂਬੂਲੈਂਸਾਂ ਵਾਲੇ ਨੇ ਜਾਂ ਜਿਹੜੇ ਡਾਕਟਰ ਨੇ ਜਾਂ ਜਿਹੜਾ ਸਟਾਫ ਨਰਸਾਂ ਨੇ, ਉਹ ਆਪਦੇ ਪਰਿਵਾਰ ਛੱਡ ਕੇ ਤੁਹਾਡੇ ਪਰਿਵਾਰਾਂ ਦੀ ਸੇਫਟੀ ਲਈ ਬਾਹਰ ਫਿਰ ਰਹੇ ਨੇ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਉਹਨਾਂ ਦਾ ਹੌਸਲਾ ਤੋੜ ਦੇਣਗੀਆਂ। ਸੋ ਮੈਂ ਸਖ਼ਤ ਤੋਂ ਸਖ਼ਤ ਐਕਸ਼ਨ ਦੀ ਮੰਗ ਕਰਦਾ ਕਿ ਜੇ ਜਿਹੜੇ ਵੀ ਦੋਸ਼ੀ ਨੇ ਉਹਨਾਂ 'ਤੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹਿੰਮਤ ਨਾ ਕਰ ਸਕੇ। ਕਿਉਂਕਿ ਅਸੀਂ ਤਾਂ ਘਰੇ ਬੈਠੇ ਹਾਂ, ਪਰ ਜਿਹੜਾ ਉਹ ਸਟਾਫ ਹੈ ਉਹ ਸਾਡੀ ਸੇਫਟੀ ਲਈ ਆਪ ਡਿਊਟੀ ਕਰ ਰਿਹਾ। ਬਲਕਿ ਮੈਂ ਤਾਂ ਪਹਿਲਾਂ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਹੋ ਜਿਹੇ ਸਟਾਫ ਲਈ, ਚਾਹੇ ਉਹ ਡਾਕਟਰਸ ਨੇ, ਚਾਹੇ ਉਹ ਨਰਸਾਂ ਨੇ, ਚਾਹੇ ਉਹ ਸਫਾਈ ਕਰਮਚਾਰੀ ਨੇ ਹਸਪਤਾਲ ਦੇ, ਚਾਹੇ ਉਹ ਸਫਾਈ ਕਰਮਚਾਰੀ ਵੈਸੇ ਨੇ ਜਿਹੜੇ ਹਰ ਰੋਜ਼ ਕੂੜਾ ਚੱਕ ਕੇ ਲੈ ਕੇ ਜਾਂਦੇ ਨੇ, ਚਾਹੇ ਉਹ ਐਂਬੂਲੈਂਸਾਂ ਦੇ ਡਰਾਈਵਰ ਨੇ, ਉਹਨਾਂ ਨੂੰ ਸਪੈਸ਼ਲ ਭੱਤਾ ਅਤੇ ਸਪੈਸ਼ਲ ਇਨਾਮ ਦਿੱਤਾ ਜਾਵੇ, ਤਰੱਕੀਆਂ ਦਿੱਤੀਆਂ ਜਾਣ, ਤਾਂ ਕਿ ਉਹ ਦੁੱਗਣੇ ਹੌਂਸਲੇ ਨਾਲ ਕੰਮ ਕਰ ਸਕਣ। ਜਿਸ ਵੇਲੇ ਪੁਲਿਸ ਸੜਕਾਂ ਦੇ ਉੱਤੇ ਧੱਕਾ ਕਰ ਰਹੀ ਸੀ, ਉਸ ਵੇਲੇ ਵੀ ਮੈਂ DGP ਸਾਹਿਬ ਨਾਲ ਗੱਲ ਕੀਤੀ ਸੀ ਕਿ ਇਹ ਗਲਤ ਹੈ ਕਿ ਤੁਸੀਂ ਬਜ਼ੁਰਗ ਮਾਵਾਂ ਭੈਣਾਂ ਤੋਂ ਡੰਡ ਬੈਠਕਾਂ ਕਢਾ ਰਹੇ ਹੋ, ਇਹ ਗਲਤ ਹੈ, ਇਸ ਤਰ੍ਹਾਂ ਨਹੀਂ। ਕਰਫਿਊ ਦਾ ਮਤਲਬ ਪੁਲਿਸ ਨੂੰ ਕੁੱਟਣ ਦੀ ਖੁੱਲ੍ਹ ਨਹੀਂ ਹੈਗੀ। ਉਸ ਵੇਲੇ ਉਦੋਂ ਬਾਅਦ ਉਹ ਕੰਟਰੋਲ ਹੋ ਗਿਆ ਸੀਗਾ। ਅੱਜ ਵੀ ਮੈਂ DGP ਸਾਹਿਬ ਨਾਲ ਗੱਲ ਕੀਤੀ ਹੈ ਅਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਅਸੀਂ ਤੁਹਾਡਾ ਸਾਥ ਦੇਵਾਂਗੇ ਅਤੇ ਤੁਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰੋ। ਜਿਹੜੇ ਪੁਲਿਸ ਮੁਲਾਜ਼ਮ ਸਾਡੇ ਧੀਆਂ ਪੁੱਤ ਨੇ, ਸਾਡੇ ਚਾਚੇ ਤਾਏ ਨੇ, ਉਹ ਜੇ ਉਹਨਾਂ ਨੂੰ ਤੁਸੀਂ ਤਲਵਾਰਾਂ ਦੇ ਨਾਲ ਉਹਨਾਂ ਦੇ ਹੱਥ ਪੈਰ ਵੱਢਣ ਲੱਗ ਜਾਓਗੇ ਤਾਂ ਫਿਰ ਉਹ ਕਿਹੜੇ ਹੌਂਸਲੇ ਨਾਲ ਕੰਮ ਕਰਨਗੇ। ਸੋ ਇਸ ਘਟਨਾ ਦੀ ਮੈਂ ਸਖ਼ਤ ਤੋਂ ਸਖ਼ਤ ਸ਼ਬਦਾਂ 'ਚ ਆਪਣੀ ਪਾਰਟੀ ਵੱਲੋਂ ਨਿਖੇਧੀ ਕਰਦਾ ਅਤੇ ਮੰਗ ਵੀ ਕਰਦਾ ਪੰਜਾਬ ਸਰਕਾਰ ਤੋਂ ਕਿ ਜਿੰਨਾ ਵੀ ਐਕਸ਼ਨ ਜਿਹੜਾ ਸਖ਼ਤ ਤੋਂ ਸਖ਼ਤ ਲਿਆ ਜਾਣਾ ਚਾਹੀਦਾ ਉਹ ਲਿਆ ਜਾਵੇ, ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੋ ਸਕੇ ਅਤੇ ਕੋਈ ਹਿੰਮਤ ਨਾ ਕਰ ਸਕੇ। ਯੂ ਆਰ ਵਾਚਿੰਗ ਚੈਨਲ Y, ਚੈਨਲ Y, a South Asian Canadian channel.